ਉੱਚੇ ਆਰਟੀਕਲ ਕਰਾਂਗੇ ਪਹਿਲਾ ਆਰਟੀਕਲ ਹੈ ਆਰਟੀਕਲ 1 ਇਫ ਅ ਕੰਪਲੈਕਸ ਨੰਬਰ ਇਜ਼ ਜ਼ੀਰੋ ਦੈਨ ਇਟਸ ਰੀਅਲ ਐਂਡ ਅਮੇਜਨਰੀ ਪਾਰਟਸ ਆਰ ਸੈਪਰੇਟਲੀ ਜ਼ੀਰੋ ਇਹਦਾ मीनिंग ਇਹ ਜੇ ਕੋਈ ਕੰਪਲੈਕਸ ਨੰਬਰ ਜ਼ੀਰੋ ਹੈ ਤੇ ਉਹਦੇ ਜਿਹੜੇ ਰੀਅਲ ਤੇ ਇਮੇਜਨਰੀ ਪਾਰਟਸ ਹੋਣਗੇ ਉਹ ਵੀ ਜ਼ੀਰੋ ਦੇ ਇਕੁਅਲ ਹੋਣਗੇ ਇਹ ਅਸੀਂ ਆਰਟੀਕਲ ਦੇ ਵਿੱਚ ਪ੍ਰੂਵ ਕਰਨਾ ਹੈ ਹੁਣ ਪ੍ਰੂਫ ਦੇਖਦੇ ਹਾਂ ਇਹਦਾ ਪ੍ਰੂਫ ਦੇ ਵਿੱਚ ਕੀ ਹੈ ਅਸੀਂ ਮੰਨ ਕੇ ਚੱਲ ਪਏ ਕੋਈ ਕੰਪਲੈਕਸ ਨੰਬਰ ਲੈਟ ਜੈਡ ਇਜ਼ ਇਕੁਅਲ ਟੂ ਏ ਪਲੱਸ ਆਇਓਟਾ ਬੀ ਵੀ ਐਨੀ ਕੰਪਲੈਕਸ ਨੰਬਰ ਲੈਟ ਜੈਡ ਇਜ਼ ਇਕੁਅਲ ਟੂ ਏ ਪਲੱਸ ਆਇਓਟਾ ਬੀ ਵੀ ਐਨੀ ਕੰਪਲੈਕਸ ਨੰਬਰ ਸਚ ਥੈਟ a+iota b is equal to 0 a+iota b is equal to 0 ਦਾ ਮਤਲਬ ਹੈ ਕਿ ਜਿਹੜਾ ਸੀ ਇਹ ਵਾਲਾ ਕੰਪਲੈਕਸ ਨੰਬਰ ਹੈਗਾ ਇਹਨੂੰ 0 ਖੁਦ ਲੈ ਕੇ ਚੱਲੇ ਆ ਕਿਉਂਕਿ ਸਾਨੂੰ ਸਟੇਟਮੈਂਟ ਦੇ ਵਿੱਚ ਇਹ ਚੀਜ਼ ਲੈ ਕੇ ਚੱਲਣੀ ਹੈ ਸੀ ਗਿਵਨ ਹੈ ਇਫ a ਕੰਪਲੈਕਸ ਨੰਬਰ ਇਜ਼ 0 ਇਫ a ਕੰਪਲੈਕਸ ਨੰਬਰ ਇਜ਼ 0 ਅਸੀਂ ਪ੍ਰੂਵ ਕਰਨਾ ਹੈ ਕਿ ਇਹਦਾ ਰੀਅਲ ਪਾਰਟ ਤੇਰਾ ਇਮੇਜਨਰੀ ਪਾਰਟ ਉਹ ਵੀ 0 ਹੋਏਗਾ ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਕੋਈ ਕੰਪਲੈਕਸ ਨੰਬਰ ਮੰਨ ਲਿਆ ਤਾਂ ਫਿਰ ਉਹਨੂੰ ਕਿਦੇ ਇਕੁਅਲ ਲੈ ਕੇ ਚੱਲੇ 0 ਦੇ ਇਕੁਅਲ ठीक है z ਕੋਈ ਕੰਪਲੈਕਸ ਨੰਬਰ ਲਿਤਾ a i b ਤੇ a i b ਨੂੰ ਕਿਦੇ ਇਕੁਅਲ ਲੈ ਲਿਤਾ 0 ਦੇ ਇਕੁਅਲ ਅਗਲਾ ਸਟੈਪ i b ਹੈ ਰਾਈਟ ਸਾਈਡ ਤੇ ਲੈ ਕੇ ਜਾਵਾਂਗੇ ਹੈ ਰਾਈਟ ਸਾਈਡ ਤੇ ਜਾ ਕੇ ਉਹਦਾ ਸਾਈਨ ਚੇਂਜ ਹੋ ਜਾਏਗਾ ਮਾਈਨਸ ਦਾ i b ਆ ਜਾਏਗਾ ਇਸ ਤੋਂ ਅਗਲਾ ਸਟੈਪ ਸਕੁਅਰਿੰਗ ਬੋਥ ਸਾਈਡਸ ਦੋਨੋਂ ਸਾਈਡ ਤੇ ਸਕੁਅਰਿੰਗ ਕਰ ਦਿਓ a ਦਾ ਸਕੁਅਰ ਆ ਜਾਏਗਾ ਤੇ ਇਧਰ ਰਾਈਟ ਸਾਈਡ ਤੇ i b ਹੋਲ ਸਕੁਅਰ ਆ ਜਾਏਗਾ ਮਾਈਨਸ ਦੇ ਉੱਪਰ ਈਵਨ ਨੰਬਰ ਹੈਗਾ ਅਨਸਰ ਪਲੱਸ ਹੀ ਦੇਗਾ ਆਇਓਟਾ ਦੇ ਉੱਪਰ ਸਕੁਅਰ ਅਲੱਗ ਆਏਗਾ ਤੇ ਬੀ ਦੇ ਉੱਪਰ ਸਕੁਅਰ ਅਲੱਗ ਆਏਗਾ ਆਇਓਟਾ ਸਕੁਅਰ ਆਇਓਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ ਪਹਿਲਾਂ ਵੀ ਦੱਸਿਆ ਹੈ ਮਾਈਨਸ 1 ਆਇਓਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ ਮਾਈਨਸ 1 ਠੀਕ ਹੈ ਇਹ ਤਾਂ ਦੱਸਿਆ ਹੈ ਆਇਓਟਾ ਸਕੁਅਰ ਆਇਓਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ ਮਾਈਨਸ 1 ਇਹ ਅਸੀਂ ਇੱਥੇ ਲਗਾਤਾ a2 ਦੀਏਗਾ -1 ਲਗਾਤਾ ਤੇ 1 ਲਿਖਣ ਦੀ ਕੋਈ ਜ਼ਰੂਰਤ ਨਹੀਂ ਗਈ ਕਿਉਂਕਿ ਜਦੋਂ 1 ਨੂੰ ਅਸੀਂ b2 ਨਾਲ ਮਲਟੀਪਲਾਈ ਕਰਾਂਗੇ -b2 ਹੀ ਆਏਗਾ ਅਗਲਾ ਸਟੈਪ -b2 ਨੂੰ ਜਦੋਂ ਅਸੀਂ ਰਾਈਟ ਲੈਫਟ ਸਾਈਡ ਤੇ ਲੈ ਕੇ ਆਵਾਂਗੇ ਮਾਈਨਸ ਲੈਫਟ ਵੱਲ ਆ ਕੇ ਪਲੱਸ ਹੋ ਜਾਏਗਾ ਇਹਦਾ ਮਤਲਬ ਹੈ ਸਾਡੇ ਕੋਲ ਆ ਜਾਏਗਾ a2 b2 ਇਸ ਇਕੁਅਲ ਟੂ ਕਿੰਨਾ ਆ ਗਿਆ 0 a2 b2 ਇਸ ਇਕੁਅਲ ਟੂ ਕਿੰਨਾ ਆ ਗਿਆ 0 a ਤੇ b ਦੋਨੋਂ ਰੀਅਲ ਨੰਬਰ ਹੀ ਹੈ ਕਿਉਂਕਿ ਜਦੋਂ ਵੀ ਅਸੀਂ ਕੋਈ ਕੰਪਲੈਕਸ ਨੰਬਰ ਲੈ ਕੇ ਚੱਲਦੇ ਹਾਂ a ਤੇ b ਦੋਨੋਂ ਜਿਹੜੇ ਰੀਅਲ ਨੰਬਰਸ ਹੁੰਦੇ ਜਿਹੜੀ ਤੁਹਾਨੂੰ ਡੈਫੀਨੇਸ਼ਨ ਲਿਖਾਈ ਸੀ ਉਹ ਚ ਲਿਖਵਾਇਆ ਸੀ ਵੇਅਰ a ਐਂਡ b ਆਰ ਰੀਅਲ ਨੰਬਰਸ ਕੋਈ ਵੀ ਦੋ ਰੀਅਲ ਨੰਬਰਸ ਹੋਣ ਉਹਨਾਂ ਦੇ ਸਕੁਅਰਸ ਦਾ ਸਮ ਜ਼ੀਰੋ ਕਦੋਂ ਹੁੰਦਾ ਹੈ ਜਦੋਂ ਦੋਨੋਂ ਜ਼ੀਰੋ ਦੇ ਇਕੁਅਲ ਹੋਣ ਜਦੋਂ a ਸਕੁਅਰ ਵੀ ਜ਼ੀਰੋ ਦੇ ਇਕੁਅਲ ਹੋਵੇ ਤੇ b ਸਕੁਅਰ ਵੀ ਜ਼ੀਰੋ ਦੇ ਇਕੁਅਲ ਹੋਵੇ a ਸਕੁਅਰ b ਸਕੁਅਰ ਇਜ਼ ਇਕੁਅਲ ਟੂ ਜ਼ੀਰੋ ਦਾ ਮਤਲਬ ਹੈ ਕਿ a ਸਕੁਅਰ ਇਜ਼ ਇਕੁਅਲ ਟੂ 0 b ਸਕੁਅਰ ਇਜ਼ ਇਕੁਅਲ ਟੂ 0 ਜੇ a ਸਕੁਅਰ 0 ਦੇ ਇਕੁਅਲ ਹੈ ਤੇ ਇਹਦਾ ਮਤਲਬ ਹੈ a ਕਿੰਨਾ ਹੋਏਗਾ 0 ਕਿਉਂਕਿ ਕਿਸੇ ਨੰਬਰ ਦਾ ਸਕੁਅਰ 0 ਕਦੋਂ ਹੁੰਦਾ ਹੈ ਜਦੋਂ ਉਹ ਨੰਬਰ ਹੀ 0 ਹੋਵੇ ਜੇ b ਸਕੁਅਰ 0 ਦੇ ਇਕੁਅਲ ਹੈ ਇਹਦਾ मीनिंग b ਕਿਦੇ ਇਕੁਅਲ ਹੋਏਗਾ 0 ਦੇ ਇਕੁਅਲ ਕਿਸੇ ਨੰਬਰ ਦਾ ਸਕੁਅਰ 0 ਕਦੋਂ ਹੁੰਦਾ ਜਦੋਂ ਉਹ ਨੰਬਰ ਵੀ ਕਿੰਨਾ ਹੋਵੇ 0 ਤੇ ਅਸੀਂ ਇਹ ਪ੍ਰੂਫ ਕਰਨਾ ਸੀ ਅਸੀਂ ਕੋਈ ਕੰਪਲੈਕਸ ਨੰਬਰ ਮੰਨ ਕੇ ਚੱਲੇ ਆ a iota b ਤੇ ਉਸ ਕੰਪਲੈਕਸ ਨੰਬਰ ਨੂੰ ਅਸੀਂ 0 ਦੇ ਇਕੁਅਲ ਲੈ ਕੇ ਚੱਲੇ ਸੀ ਅਸੀਂ ਖੁਦ ਲੈ ਕੇ ਚੱਲਨੇ ਆ ਜ਼ੀਰੋ ਤੇ ਉੱਥੋਂ ਅਸੀਂ ਪ੍ਰੂਫ ਕੀ ਕਰਤਾ ਹੈ ਕਿ ਜਿਹੜਾ ਉਹਦਾ ਰੀਅਲ ਪਾਰਟ ਹੈਗਾ a ਉਹ ਵੀ ਜ਼ੀਰੋ ਦੇ ਇਕੁਅਲ ਹੈ ਤੇ ਜਿਹੜਾ ਉਹਦਾ ਇਮੇਜਨਰੀ ਪਾਰਟ ਹੈਗਾ b ਉਹ ਵੀ ਜ਼ੀਰੋ ਦੇ ਇਕੁਅਲ ਹੈ ਤੇ ਥੀ ਜਿਹੜਾ ਇਹ ਆਰਟੀਕਲ ਹੈ ਆਰਟੀਕਲ ਦਾ ਪ੍ਰੂ ਰਿਜ਼ਲਟ ਇਹੋ ਸੀ ਕਿ ਜੇ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਜ਼ੀਰੋ ਦੇ ਇਕੁਅਲ ਹੈ ਦੈਨ ਇਟਸ ਰੀਅਲ ਐਂਡ ਇਮੇਜਨਰੀ ਪਾਰਟਸ ਉਹ ਵੀ ਕੀ ਹੋਣਗੇ ਜ਼ੀਰੋ ਦੇ ਇਕੁਅਲ ਔਰ ਸੈਪਰੇਟਲੀ ਜ਼ੀਰੋ ਇਹਦੇ ਵਿੱਚ ਅਸੀਂ ਐ ਪ੍ਰੂਫ ਕੀਤਾ ਹੁਣ ਇਹੋ ਆਰਟੀਕਲ ਦਾ ਅਸੀਂ ਕਨਵਰਸ ਕਰਾਂਗੇ ਉਲਟਾ ਕਰਾਂਗੇ ਠੀਕ ਹੈ ਉਹ ਕਨਵਰਸ ਕੀ ਹੈ ਅਸੀਂ ਕਨਵਰਸ ਦੇ ਵਿੱਚ ਸੈਕੰਡ ਆਰਟੀਕਲ ਹੈ ਸੈਕੰਡ ਆਰਟੀਕਲ ਦੇ ਵਿੱਚ ਕੀ ਹੈ ਅ ਇਫ ਇਹ ਰਿਲੇਟਡ ਹੀ ਹੈ ਕਨਵਰਸ ਤਾਂ ਨਹੀਂ ਕਹਾਵਾਂਗੇ ਇਹ ਰਿਲੇਟਡ ਹੈ ਸੈਕੰਡ ਆਰਟੀਕਲ ਇਫ ਟੂ ਕੰਪਲੈਕਸ ਨੰਬਰਸ ਆਰ ਇਕੁਅਲ ਠੀਕ ਹੈ ਤਾਂ ਕਨਵਰਸ ਨਹੀਂ ਹੈ ਪਿਛਲੇ ਆਰਟੀਕਲ ਦਾ ਇਹ ਥੋੜੇ ਹਾਲਾਗ ਆ ਉਹਦੇ ਵਿੱਚੋਂ ਇਫ ਟੂ ਕੰਪਲੈਕਸ ਨੰਬਰਸ ਆਰ ਇਕੁਅਲ ਇਫ ਟੂ ਕੰਪਲੈਕਸ ਨੰਬਰਸ ਆਰ ਇਕੁਅਲ ਜੇ ਕੋਈ ਦੋ ਕੰਪਲੈਕਸ ਨੰਬਰ ਇਕੁਅਲ ਹੈ then their real and imaginary parts are separately equal article da result ki hai ki je koi do sade kol complex number equal hai koi do complex number equal hai koi do complex number equal kado hunde hai jadon unna de real te imaginary parts vi equal hon koi bhi do complex numbers equal kado hunde hai jadon unna de real ਤੇ ਇਮੇਜਨਰੀ ਪਾਰਟਸ ਸੈਪਰੇਟਲੀ ਇਕੁਅਲ ਹੋਣ ਠੀਕ ਹੈ ਅਪਰੂਫ ਕਰਾਂਗੇ ਪ੍ਰੂਫ ਦੇ ਵਿੱਚ ਕੀ ਹੈ ਅਸੀਂ ਮੰਨ ਕੇ ਚੱਲ ਪਏ ਕੋਈ ਦੋ ਕੰਪਲੈਕਸ ਨੰਬਰ ਲੈਟ ਜੈਡ 1 ਇਜ਼ ਇਕੁਅਲ ਟੂ a i b ਕੋਈ ਵੀ ਕੰਪਲੈਕਸ ਨੰਬਰ ਹੋਵੇ ਨੇਮਿੰਗ ਖੁਦ ਕਰ ਲੈਂਦੀ ਅਸੀਂ ਜੈਡ 1 ਕੋਈ ਨਾਮ ਦੇ ਦਿੱਤਾ ਕਿਉਂਕਿ ਮੈਂ ਦੋ ਕੰਪਲੈਕਸ ਨੰਬਰ ਮੰਨੇ ਆ ਇਸ ਲਈ ਇੱਕ ਨੂੰ ਜੈਡ 1 ਦੂਜੇ ਨੂੰ ਮੈਂ ਜੈਡ 2 ਨਾਮ ਦੇ ਲੈਣਾ ਉਹਨੂੰ c i d ਲੈਟ ਜੈਡ 1 ਇਜ਼ ਇਕੁਅਲ ਟੂ a i b ਐਂਡ z2 is equal to c plus iota d b any two co given complex numbers ਮੰਨ ਲਤੇ ਹੈ ਕੋਈ ਦੋ ਕੰਪਲੈਕਸ ਨੰਬਰਸ ਹੈ ਜਿਹੜੇ ਸਾਨੂੰ ਗਿਵਨ ਹੈ ਕਿ ਦੋ ਕੰਪਲੈਕਸ ਨੰਬਰਸ ਹੈਗੇ ਹੈ ਸੱਚ ਦੈਟ z1 ਇਜ਼ ਇਕੁਅਲ ਟੂ z2 z1 ਇਜ਼ ਇਕੁਅਲ ਟੂ z2 ਦਾ ਮਤਲਬ ਹੈ ਕਿ ਇਹ ਵਾਲਾ ਕੰਪਲੈਕਸ ਨੰਬਰ ਇਸ ਕੰਪਲੈਕਸ ਨੰਬਰਸ ਦੇ ਇਕੁਅਲ ਹੈ ਕਿਉਂਕਿ ਜਿਹੜੀ ਥਿਉਰਮ ਹੈਗੀ ਹੈ ਉਹਦਾ ਆਰਟੀਕਲ ਜਿਹੜਾ ਉਹਦਾ ਗਿਵਨ ਹੀ ਇਹੀ ਹੋਇਆ ਕਿ ਜੇ ਕੋਈ ਦੋ ਕੰਪਲੈਕਸ ਨੰਬਰਸ ਇਕੁਅਲ ਹੋਣਗੇ ਤੁਹਾਨੂੰ ਦੇ ਰੀਅਲ ਤੇ ਇਮੇਜਿਨਰੀ ਪਾਰਟਸ ਇਕੁਅਲ ਹੋਣਗੇ ਇਹ ਅਸੀਂ ਪ੍ਰੂਵ ਕਰਨਾ ਹੈ 기ਵਨ ਸਾਨੂੰ ਹੋ ਗਿਆ ਕਿ ਦੋਨੋਂ ਕੰਪਲੈਕਸ ਨੰਬਰਸ ਕੀ ਇਕੁਅਲ ਇਸ ਲਈ ਅਸੀਂ ਜੈਡ 1 ਨੂੰ ਜੈਡ 2 ਦੇ ਇਕੁਅਲ ਖੁਦ ਲੈ ਕੇ ਚੱਲੇ ਆ ਅੱਗੇ ਜੈਡ 1 ਦੀ ਵੈਲਿਊ ਲਗਾਤੀ ਜੈਡ 1 ਦੀ ਵੈਲਿਊ ਕਿੰਨੀ ਹੈਗੀ ਹੈ a iota b ਜੈਡ 2 ਦੀ ਵੈਲਿਊ ਲਗਾਤੀ ਕਿੰਨੀ ਹੈਗੀ ਹੈ c iota d c ਨੂੰ ਵੀ ਲੈਫਟ ਵੱਲ ਲਿਆਓ iota d ਨੂੰ ਵੀ ਲੈਫਟ ਵੱਲ ਲਿਆਓ ਦੋਨਾਂ ਦੇ ਸਾਈਨ ਚੇਂਜ ਹੋ ਜਾਣਗੇ ਰਾਈਟ ਸਾਈਡ ਤੇ ਕਿੰਨਾ ਆ ਜਾਏਗਾ ਮੇਰੇ ਕੋਲ 0 ਇਸ ਤੋਂ ਬਾਅਦ e c ਨੂੰ ਇਕੱਠਾ ਲਿਖ ਲੋ ਤੇ iota b ਤੇ iota d ਨੂੰ iota ਕਾਮਨ ਨਿਕਾਲ ਕੇ ਦੋਨਾਂ ਵਿੱਚੋਂ ਦੋਨਾਂ ਚੋਂ iota ਕਾਮਨ ਨਿਕਾਲ ਕੇ ਬ੍ਰੈਕਟ ਦੇ ਵਿੱਚ b d ਲਿਖ ਦਿਓ ਇਕੁਅਲ ਟੂ ਕਿੰਨਾ ਆ ਜਾਏਗਾ 0 ਮਤਲਬ ਮੈਂ ਕੀਤਾ ਕਿ ਜਿਹੜਾ ਰੀਅਲ ਪਾਰਟ ਹੈਗਾ ਉਹਨਾਂ ਨੂੰ ਇਕੱਠਾ ਲਿਖ ਲਿੱਤਾ ਜਿਹੜੇ iota ਵਾਲੀਆਂ ਟਰਮਸ ਹੈਆਂ iota ਕਾਮਨ ਨਿਕਾਲ ਕੇ ਉਹਨਾਂ ਨੂੰ ਇਕੱਠਾ ਲਿਖ ਲਿੱਤਾ ਇਕੁਅਲ ਟੂ ਕਿੰਨਾ ਆਏਗਾ 0 ਕੋਈ ਵੀ ਕੰਪਲੈਕਸ ਨੰਬਰ ਹੋਵੇ ਉਹ ਜ਼ੀਰੋ ਦੇ ਇਕੁਅਲ ਕਦੋਂ ਹੁੰਦਾ ਹੈ ਪਿਛਲਾ ਆਰਟੀਕਲ ਅਸੀਂ ਇਹ ਕਿਹਾ ਕਿਤਾ ਹੁਣ ਇੱਥੇ ਉਹ ਆਰਟੀਕਲ ਯੂਜ਼ ਹੋਣਾ ਜਿਹੜਾ ਤੁਹਾਨੂੰ ਮੈਂ ਪਿਛਲਾ ਦੱਸਿਆ ਫਸਟ ਆਰਟੀਕਲ ਕੋਈ ਵੀ ਇੱਕ ਕੰਪਲੈਕਸ ਨੰਬਰ ਹੈ ਪੂਰਾ ਹੈ ਇਹ ਪੂਰਾ ਕੰਪਲੈਕਸ ਨੰਬਰ ਹੈ ਇਹ a c ਰੀਅਲ ਪਾਰਟ ਹੈ ਪਲੱਸ i b d ਇਹ ਉਹਦਾ ਇਮੇਜਨਰੀ ਪਾਰਟ ਹੈ ਇਹ ਕਿਹਦੇ ਇਕੁਅਲ ਹੈ ਜ਼ੀਰੋ ਦੇ ਇਕੁਅਲ ਕੋਈ ਵੀ ਕੰਪਲੈਕਸ ਨੰਬਰ 0 ਦੇ ਇਕੁਅਲ ਕਦੋਂ ਹੁੰਦਾ ਹੈ ਜਦੋਂ ਉਹਦਾ ਰੀਅਲ ਪਾਰਟ ਵੀ 0 ਦੇ ਇਕੁਅਲ ਹੋਵੇ ਪਿਛਲੇ ਆਰਟੀਕਲ ਚ ਅਸੀਂ ਇਹੋ ਕੀਤਾ ਤੇ ਉਹਦਾ ਇਮੇਜਿਨਰੀ ਪਾਰਟ ਵੀ 0 ਦੇ ਇਕੁਅਲ ਹੋਵੇ ਮਤਲਬ a c ਨੂੰ ਵੀ ਅਸੀਂ 0 ਦੇ ਇਕੁਅਲ ਲੈ ਕੇ ਚੱਲ ਪੈਣਾ b d ਨੂੰ ਵੀ 0 ਦੇ ਇਕੁਅਲ ਲੈ ਕੇ ਚੱਲ ਪੈਣਾ ਅਗਲਾ ਸਟੈਪ -c ਗਾ ਰਾਈਟ ਸਾਈਡ ਤੇ ਲੈ ਕੇ ਜਾਵਾਂਗੇ -c ਉਧਰ ਜਾ ਕੇ +d c ਹੋ ਜਾਏਗਾ ਤੇ b d 0 ਦੇ ਇਕੁਅਲ ਹੈ -d ਨੂੰ ਰਾਈਟ ਸਾਈਡ ਤੇ ਲੈ ਕੇ ਜਾਵਾਂਗੇ -d ਉਧਰ ਜਾ ਕੇ ਕਿੰਨਾ ਹੋਏਗਾ +d ਹੋ ਜਾਏਗਾ ਇਹਦਾ मीनिंग ਸਾਡੇ ਕੋਲ ਕੀ ਪ੍ਰੂਵ ਹੋ ਗਿਆ ਕਿ ਅਸੀਂ ਕੋਈ ਦੋ ਕੰਪਲੈਕਸ ਨੰਬਰ ਲੈਂਦੇ ਸੀ ਇੱਕ ਲਿੱਤਾ ਸੀ a iota b ਠੀਕ ਹੈ ਦੂਜਾ ਲਿੱਤਾ ਸੀ c iota d ਤਾਂ ਦੋਨੋਂ ਕੰਪਲੈਕਸ ਨੰਬਰ ਨੂੰ ਅਸੀਂ ਇਕੁਅਲ ਲੈ ਕੇ ਚੱਲੇ ਸੀ ਲਾਸਤੇ ਕੀ ਪ੍ਰੂਵ ਕਰਤਾ ਹੈ ਕਿ ਪਹਿਲੇ ਕੰਪਲੈਕਸ ਨੰਬਰ ਦਾ ਜਿਹੜਾ ਰੀਅਲ ਪਾਰਟ ਹੈਗਾ a ਤੇ ਦੂਸਰੇ ਕੰਪਲੈਕਸ ਦਾ ਜਿਹੜਾ ਰੀਅਲ ਪਾਰਟ ਹੈਗਾ c ਰੀਅਲ ਪਾਰਟ ਹੈ ਰੀਅਲ ਪਾਰਟ ਦੇ ਇਕੁਅਲ ਹੋ ਗਿਆ a c ਦੇ ਇਕੁਅਲ ਪ੍ਰੂਵ ਹੋ ਗਿਆ ਠੀਕ ਹੈ a ਦੇ ਇਕੁਅਲ ਹੋ ਗਿਆ c ਦੇ ਇਕੁਅਲ ਤੇ ਜਿਹੜਾ ਇਮੇਜਿਨਰੀ ਪਾਰਟ ਹੈਗਾ ਉਹ ਇਮੇਜਿਨਰੀ ਪਾਰਟ ਦੇ ਇਕੁਅਲ ਪ੍ਰੂਫ ਹੋ ਗਿਆ ਇਮੇਜਿਨਰੀ ਪਾਰਟ ਪਹਿਲੇ ਨੰਬਰ ਦਾ ਪਹਿਲੇ ਕੰਪਲੈਕਸ ਨੰਬਰ ਦਾ b ਹੈ ਦੂਜੇ ਕੰਪਲੈਕਸ ਨੰਬਰ ਦਾ ਇਮੇਜਿਨਰੀ ਪਾਰਟ ਕਿੰਨਾ ਆਗਾ d ਇਮੇਰੀਅਲ ਪਾਰਟ ਰੀਅਲ ਪਾਰਟ ਦੇ ਇਕੁਅਲ ਪ੍ਰੂਫ ਹੋ ਗਿਆ ਐਂਡ ਤੇ ਸਾਡੇ ਕੋਲ ਤੇ ਇਮੇਜਿਨਰੀ ਪਾਰਟ ਇਮੇਜਿਨਰੀ ਪਾਰਟ ਦੇ ਇਕੁਅਲ ਪ੍ਰੂਫ ਹੋ ਗਿਆ ਲਾਸਟ ਸੇ ਅਸੀਂ ਇਹ ਪ੍ਰੂਫ ਕਰਤਾ ਕਿ ਜਿਹੜਾ ਰੀਅਲ ਪਾਰਟ ਹੈਗਾ ਉਹ ਆਪਸ ਇਕੁਅਲ ਹੈ ਤੇ ਇਮੇਜਿਨਰੀ ਪਾਰਟ ਆਪਸ ਵਿੱਚ ਇਕੁਅਲ ਹੈ ਤੇ ਐਸਾ ਆਰਟੀਕਲ ਦਾ ਰਿਜ਼ਲਟ sum of two complex numbers is a complex number koi bhi do complex numbers hon jeh onna nu assi plus kariye sum da meaning eh hi hovega plus jehda plus karke number banega oh bhi complex number hovega eh bhi ek article hai third koi bhi do complex numbers da jehda sum hovega addition hovegi onna di oh bhi complex number hovega es article de vich assi eh prove karna hai ਪਰੂਫ ਕੀ ਹੈ ਪ੍ਰੂਫ ਵਾਸਤੇ ਫਿਰ ਤੁਹਾਨੂੰ ਦੋ ਕੋਈ ਕੰਪਲੈਕਸ ਨੰਬਰ ਮੰਨ ਕੇ ਚੱਲਨੇ ਪੈਣੇ ਹਨ ਲੈਟ ਜੈਡ 1 ਇਕੁਅਲ ਟੂ A ਪਲੱਸ ਆਇਓਟਾ B ਐਂਡ ਜੈਡ 2 ਇਜ਼ ਇਕੁਅਲ ਟੂ C ਪਲੱਸ ਆਇਓਟਾ D Iota B ਐਨੀ ਟੂ ਕੰਪਲੈਕਸ ਨੰਬਰਸ ਅਸੀਂ ਮੰਨ ਲੈਂਤਾ ਇੱਕ ਕੰਪਲੈਕਸ ਨੰਬਰ ਹੈਗਾ A ਪਲੱਸ ਆਇਓਟਾ B ਦੂਸਰਾ ਕੰਪਲੈਕਸ ਨੰਬਰ ਮੰਨ ਲੈਂਤਾ C ਪਲੱਸ ਆਇਓਟਾ D B ਐਨੀ ਟੂ ਕੰਪਲੈਕਸ ਨੰਬਰਸ ਜੈਡ 1 ਤੇ ਜੈਡ 2 ਕੋਈ ਦੋ ਕੰਪਲੈਕਸ ਨੰਬਰਸ ਮੰਨ ਕੇ ਚੱਲਦੇ ਹਾਂ ਤੇ ਅਸੀਂ ਪ੍ਰੂਫ ਕੀ ਕਰਨਾ ਹੈ ਕਿ ਜਿਹੜੇ ਇਹ ਦੋ ਸੀ ਕੰਪਲੈਕਸ ਨੰਬਰਸ ਮੰਨੇ ਹੈ ਇਹਨਾਂ ਦਾ ਜਿਹੜਾ ਐਡੀਸ਼ਨ ਹੋਏਗਾ ਪਲੱਸ ਕਰਕੇ ਜੋ ਆਏਗਾ ਸਮ ਠੀਕ ਹੈ ਇਸ ਲਈ ਦੋਨੋਂ ਨੂੰ ਅਸੀਂ ਪਲੱਸ ਕਰਦੇ ਹਾਂ ਜੈਡ 1 ਤੇ ਜੈਡ 2 ਨੂੰ ਪਲੱਸ ਕਰ ਦੋ ਜਦੋਂ ਅਸੀਂ ਜੈਡ 1 ਤੇ ਜੈਡ 2 ਨੂੰ ਪਲੱਸ ਕਰਾਂਗੇ ਪਹਿਲਾਂ ਜੈਡ 1 ਲਿਖਾਂਗੇ ਉਹ ਹੋਗਾ a i b ਫਿਰ ਜੈਡ 2 ਲਿਖਾਂਗੇ c i d ਤੇ ਵਿੱਚ ਪਲੱਸ ਦਾ ਸਾਈਨ ਪਾਵਾਂਗੇ ਕੋਈ ਦੋ ਕੰਪਲੈਕਸ ਨੰਬਰ ਨੂੰ ਪਲੱਸ ਕਰਨਾ ਹੋਵੇ ਰੀਅਲ ਪਾਰਟ ਦੇ ਵਿੱਚ ਰੀਅਲ ਪਾਰਟ ਪਲੱਸ ਕਰ ਦਿੰਦਾ ਤੇ ਜਿਹੜਾ ਅਯੋਟਾ b ਅਯੋਟਾ d ਇਮੇਜਨਰੀ ਪਾਰਟ ਅਯੋਟਾ ਕਾਮਨ ਨਿਕਾਲ ਕੇ ਆਪਸ ਵਿੱਚ ਐਡ ਕਰ ਦਨੇ ਹੈਗੇ ਹੁਣ a c ਅਯੋਟਾ b d ਆ ਗਿਆ ਕਿਉਂਕਿ ਅਯੋਟਾ ਆਂਦਾ ਪਿਆ ਇਹ ਵੀ ਕੰਪਲੈਕਸ ਨੰਬਰ ਹੈਗਾ ਕਿਉਂਕਿ ਜਿਸ ਨੰਬਰ ਦੇ ਨਾਲ ਅਯੋਟਾ ਲੱਗਿਆ ਉਹ ਵੀ ਕੰਪਲੈਕਸ ਨੰਬਰ ਹੁੰਦਾ ਅਸੀਂ ਲਿਖਾਂਗੇ ਵਿਚ ਇਜ਼ ਅ ਕੰਪਲੈਕਸ ਨੰਬਰ ਇਹਦਾ ਮਤਲਬ ਅਸੀਂ ਪ੍ਰੂਫ ਕੀ ਕੀਤਾ ਕਿ ਕੋਈ ਵੀ ਦੋ ਕੰਪਲੈਕਸ ਨੰਬਰ ਦਾ ਸਮ ਵੀ ਕੰਪਲੈਕਸ ਨੰਬਰ ਹੁੰਦਾ ਹੈ ਠੀਕ ਹੈ ਕੋਈ ਦੋ ਕੰਪਲੈਕਸ ਨੰਬਰਸ ਦੀ ਐਡੀਸ਼ਨ ਵੀ ਕੰਪਲੈਕਸ ਨੰਬਰ ਹੀ ਹੋਏਗੀ which is a ਕੰਪਲੈਕਸ ਨੰਬਰ ਹੁਣ ਜੇ ਅਸੀਂ ਦੋ ਨੰਬਰਸ ਦੀ ਸਬਟ੍ਰੈਕਸ਼ਨ ਕਰੀਏ ਉਹ ਆਰਟੀਕਲ ਮੈਂ ਕਰਾਂਦਾ ਨਹੀਂ ਪਿਆ ਦੱਸਦਾ ਪਿਆ ਕੋਈ ਵੀ ਦੋ ਕੰਪਲੈਕਸ ਨੰਬਰ ਨੂੰ ਤੁਸੀਂ ਸਬਟ੍ਰੈਕਟ ਕਰੋ ਉਹ ਵੀ ਕੰਪਲੈਕਸ ਨੰਬਰ ਹੋਏਗਾ ਜਿਵੇਂ ਐਡੀਸ਼ਨ ਹੈਗੀ ਉਹਦੇ ਵਿੱਚ ਕੀ ਆਏਗਾ ਸਾਈਨ ਮਾਈਨਸ ਆ ਜਾਏਗਾ ਠੀਕ ਹੈ ਦੋ ਕੋਈ ਕੰਪਲੈਕਸ ਨੰਬਰ ਦੀ ਜੇ ਸਬਟ੍ਰੈਕਸ਼ਨ ਹੁੰਦੀ ਹੈ ਉਹ ਵੀ ਕੰਪਲੈਕਸ ਨੰਬਰ ਹੁੰਦਾ ਹੁਣ ਮੈਂ ਇੱਕ ਆਰਟੀਕਲ ਕਰਾਂਣ ਗਿਆ ਮਾ ਪ੍ਰੋਡਕਟ ਵਾਲਾ ਠੀਕ ਹੈ ਆਰਟੀਕਲ ਕੀ ਹੈ ਆਰਟੀਕਲ 4th ਹੈ product uh, prove that product of two complex numbers is a complex number ਕੋਈ ਵੀ ਦੋ ਕੰਪਲੈਕਸ ਨੰਬਰਸ ਹੋਵੇ ਉਹਨਾਂ ਦੀ ਜਿਹੜੀ ਪ੍ਰੋਡਕਟ ਹੈ ਮਲਟੀਪਲੀਕੇਸ਼ਨ ਹੈਗੀ ਹੈ ਉਹ ਵੀ ਕੰਪਲੈਕਸ ਨੰਬਰ ਹੋਏਗੀ ਪ੍ਰੂਵ ਥੈਟ ਪ੍ਰੋਡਕਟ ਦਾ ਮਤਲਬ ਮਲਟੀਪਲਾਈ ਮਲਟੀਪਲੀਕੇਸ਼ਨ ਆਫ ਟੂ ਕੰਪਲੈਕਸ ਨੰਬਰਸ ਇਜ਼ ਅ ਕੰਪਲੈਕਸ ਨੰਬਰ ਕੋਈ ਵੀ ਦੋ ਕੰਪਲੈਕਸ ਨੰਬਰਸ ਦੀ ਜਿਹੜੀ ਪ੍ਰੋਡਕਟ ਹੋਏਗੀ ਉਹ ਵੀ ਕੰਪਲੈਕਸ ਨੰਬਰ ਹੋਏਗੀ ਇਸ ਅਸੀ ਅਸੀ ਆਰਟੀਕਲ ਦੇ ਵਿੱਚ ਪ੍ਰੂਫ ਕਰਨਾ ਹੈ ਤੇ ਇਹਦਾ ਮਤਲਬ ਹੈ ਕਿਉਂਕਿ ਦੋ ਕੰਪਲੈਕਸ ਨੰਬਰਸ ਦੀ ਪ੍ਰੋਡਕਟ ਲੈਣੀ ਹੈ ਤਾਂ ਮੇਂਗ ਹੈ ਜਿਸਨੂੰ ਅਸੀਂ ਪਿਛਲੇ ਆਰਟੀਕਲਸ ਕੀਤੇ ਹੈ ਤੁਹਾਨੂੰ ਫਿਰ ਦੋ ਕੋਈ ਕੰਪਲੈਕਸ ਨੰਬਰ ਲੈ ਕੇ ਚੱਲਨੇ ਪੈਣੇ ਹੈ ਪ੍ਰੂਫ ਕੀ ਹੈ ਲੈਟ ਜੈਡ 1 ਇਸ ਇਕੁਅਲ ਟੂ ਏ ਪਲੱਸ ਅਯੋਟਾ ਬੀ ਇੱਕ ਪਹਿਲਾ ਕੰਪਲੈਕਸ ਨੰਬਰ ਅਸੀਂ ਹੈ ਮੰਨ ਲਿਆ ਤਾਂ ਐਂਡ ਜੈਡ 2 ਇਸ ਇਕੁਅਲ ਟੂ ਸੀ ਪਲੱਸ ਯੋਟਾ ਡੀ ਇਹ ਦੂਸਰਾ ਅਸੀਂ ਕੰਪਲੈਕਸ ਨੰਬਰ ਮੰਨ ਲਿਆ ਤਾਂ ਬੀ ਐਨੀ ਟੂ ਕੰਪਲੈਕਸ ਨੰਬਰਸ let z1 is equal to a iota b and z2 is equal to c iota d b any two complex numbers eh koi do si complex numbers man ke chal paya hon assi inadi product lavange te dekhange ki product vi complex number aandi paya nahi next ye assi kar letta hon inadi product dekhde ha z1 multiply z2 z1 di value lagati a iota b into z2 di value lagati hai c iota d ਹੋਂ ਦੋਨਾਂ ਨੂੰ ਮਲਟੀਪਲਾਈ ਕਰਨਾ ਹੈ ਪਹਿਲਾਂ a ਦੇ ਨਾਲ ਮਲਟੀਪਲਾਈ ਕਰਨਾ ਹੈ ਪੂਰੀ ਬ੍ਰੈਕਟ ਨੂੰ a ਦੇ ਨਾਲ ਅਸੀਂ c iota d ਨੂੰ ਮਲਟੀਪਲਾਈ ਕਰਨਾ ਹੈ ਫਿਰ ਪਲੱਸ ਦਾ ਸਾਈਨ ਪਾ ਕੇ iota b ਦੇ ਨਾਲ ਵੀ c iota d ਨੂੰ ਮਲਟੀਪਲਾਈ ਕਰਾਂਗੇ iota b ਨਾਲ ਕਿੰਨਾ ਆ ਜਾਏਗਾ c iota d ਨੈਕਸਟ ਮਲਟੀਪਲਾਈ ਕਰਨਾ ਹੈ iota b ਨੂੰ no c ਨਾਲ ਮਲਟੀਪਲਾਈ ਕਰਾਂਗੇ iota bc ਫਿਰ iota b ਨੂੰ iota no d ਨਾਲ ਮਲਟੀਪਲਾਈ ਕਰਾਂਗੇ iota ਨੂੰ iota ਨਾਲ ਮਲਟੀਪਲਾਈ ਕਰਾਂਗੇ iota ਸਕੁਅਰ ਤੇ b ਨੂੰ d ਨਾਲ ਮਲਟੀਪਲਾਈ ਕਰਾਂਗੇ ਕਿੰਨਾ ਆਏਗਾ bd ਇਸ ਬ੍ਰੈਕਟ ਦੇ ਵਿੱਚ a ਨੂੰ c ਨਾਲ ਮਲਟੀਪਲਾਈ ਕਰਾਂਗੇ ac ਤੇ a ਨੂੰ ਅਯੋਟਾ d ਨਾਲ ਮਲਟੀਪਲਾਈ ਕਰਾਂਗੇ ਤੇ ਕਿੰਨਾ ਆਏਗਾ ਯੋਟਾ ਸੇਮ ਆਏਗਾ ਨਾਲ ਕਿੰਨਾ ਆਏਗਾ ad ਠੀਕ ਹੈ ad ਮਤਲਬ a ਨੇ ਇਸ ਪੂਰੀ ਬ੍ਰੈਕਟ ਨਾਲ ਵੀ ਮਲਟੀਪਲਾਈ ਹੋਣਾ ਹੈ ਅਯੋਟਾ b ਨੇ ਵੀ ਇਸ ਬ੍ਰੈਕਟ ਨਾਲ ਮਲਟੀਪਲਾਈ ਹੋਣਾ ਹੈ a ਨੇ c ਨਾਲ ਮਲਟੀਪਲਾਈ ਹੋ ਗਿਆ ac ਫਿਰ a ਨੇ ਅਯੋਟਾ d ਦੇ ਨਾਲ ਅਯੋਟਾ ad ਅਯੋਟਾ b ਨੇ c ਦੇ ਨਾਲ ਅਯੋਟਾ bc ਆਯੋਟਾ b ਨੂੰ ਆਯੋਟਾ d ਨਾਲ ਮਲਟੀਪਲਾਈ ਕਰਾਂਗੇ ਯੋਟਾ ਇੰਟੂ ਯੋਟਾ ਆਯੋਟਾ ਸਕੁਅਰ b ਇੰਟੂ d bd ac ਦਾ ac ਆ ਗਿਆ ਐ ਸੇਮ ਐ ਸੇਮ ਇੱਥੇ ਫਿਰ ਅਸੀਂ ਯੋਟਾ ਸਕੁਅਰ ਦੀ ਵੈਲਿਊ ਲਗਾਤੀ ਆਯੋਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ ਮਾਈਨਸ 1 ਇੱਥੇ ਮਾਈਨਸ ਆ ਗਿਆ ਨਾਲ ਕਿੰਨਾ ਆਏਗਾ ਸਾਡੇ ਕੋਲ bd ਨੈਕਸਟ ਜੋ ਤੁਹਾਨੂੰ ਦੱਸਿਆ ਰੀਅਲ ਪਾਰਟ ਅਲੱਗ ਕਰ ਦੋ ਰੀਅਲ ਪਾਰਟ ਹੁੰਦਾ ਜਿਨ੍ਹਾਂ ਦੇ ਨਾਲ ਆਯੋਟਾ ਨਹੀਂ ਲੱਗਿਆ ਹੋਇਆ ac ਦੇ ਨਾਲ ਯੋਟਾ ਨਹੀਂ ਗਾ bd ਨਾਲ ਯੋਟਾ ਨਹੀਂ ਗਾ ਦੋਨਾਂ ਨੂੰ ਇਕੱਠਾ ਲਿਖ ਲਓ ac bd ਤੇ ਇਹ ਦੋਨਾਂ ਦੇ ਵਿੱਚੋਂ ਅਯੋਟਾ ਕਮਨ ਹੀ ਕਾਲ ਕੇ AD Bs ਨੂੰ ਇਕੱਠਾ ਲਿਖ ਲਓ which is again a complex number ਕਿਉਂ ਕਿ ਯੋਟਾ ਆਂਦਾ ਵੇ ਠੀਕ ਹੈ ਜਿਸ ਨੰਬਰ ਦੇ ਨਾਲ ਯੋਟਾ ਆਂਦਾ ਹੋਵੇ ਉਹ ਕੰਪਲੈਕਸ ਨੰਬਰ ਹੁੰਦਾ ਹੈ ਇਸ ਲਈ ਅਸੀਂ ਲਿਖਾਂਗੇ ਪ੍ਰੋਡਕਟ ਆਫ ਟੂ ਕੰਪਲੈਕਸ ਨੰਬਰ ਦੋ ਕੰਪਲੈਕਸ ਨੰਬਰ ਦੀ ਪ੍ਰੋਡਕਟ ਗਈ ਹੈ which is again a complex number ਐਸ ਆਰਟੀਕਲ ਦਾ ਰਿਜ਼ਲਟ ਇਹ ਹੋ ਗਿਆ ਠੀਕ ਹੈ ਐਸ ਇਹ ਫਿਲਹਾਲ ਚਾਰ ਆਰਟੀਕਲ ਦੇਖੀਏ ਉਹਨਾਂ ਕੁਛ ਇੱਕ ਦੋ ਮੈਂ ਡਿਫੀਨੇਸ਼ਨਸ ਕਰਾਣ ਲੱਗਿਆ ਵਾਂ ਸਭ ਤੋਂ ਪਹਿਲਾਂ ਡੈਫੀਨੇਸ਼ਨ ਹੈ ਕਿ ਮੇਰੇ ਕੋਲ ਕਨਜੂਗੇਟ ਆਫ ਅ ਕੰਪਲੈਕਸ ਨੰਬਰ ਕਿਸੇ ਵੀ ਕੰਪਲੈਕਸ ਨੰਬਰ ਦਾ ਕਨਜੂਗੇਟ ਫਾਈਂਡ ਕਰਨਾ ਹੈ ਕਿਸ ਤਰ੍ਹਾਂ ਫਾਈਂਡ ਕਰਨਾ ਹੈ ਲੈਟ ਜੈਡ ਇਸ ਇਕੁਅਲ ਟੂ ਏ ਪਲੱਸ ਇਟਾ ਬੀ ਇਸ ਅ ਕੰਪਲੈਕਸ ਨੰਬਰ ਮੰਨ ਲਿਆ ਤਾਂ ਕੋਈ ਕੰਪਲੈਕਸ ਨੰਬਰ ਹੈ ਏ ਪਲੱਸ ਇਟਾ ਬੀ ਅਸੀਂ ਏ ਪਲੱਸ ਇਟਾ ਬੀ ਦਾ ਕਨਜੂਗੇਟ ਫਾਈਂਡ ਕਰਨਾ ਚਾਹੁੰਦੇ ਆ ਕਨਜੂਗੇਟ ਕੀ ਕਰਦਾ ਕਨਜੂਗੇਟ ਦਾ ਸਾਈਨ ਹੈ ਓਨ ਦਾ ਬਾਰ z ਦਾ ਅਸੀਂ ਕਨਜੂਗੇਟ ਕੱਢਣਾ ਹੈ ਦਾ ਮੀਨਿੰਗ z ਬਾਰ ਕੱਢ ਲੈ। z ਬਾਰ ਕਿਸਾ ਨਿਕਾਲੀਂਦਾ ਹੈ ਚੇਂਜਿੰਗ ਅਯੋਟਾ ਟੂ ਮਾਈਨਸ ਅਯੋਟਾ ਇਹ ਯਾਦ ਰੱਖਣਾ ਹੈ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਕਨਜੂਗੇਟ ਫਾਈਂਡ ਕਰਨਾ ਹੋਵੇ ਅਯੋਟਾ ਨੂੰ ਮਾਈਨਸ ਅਯੋਟਾ ਦੇ ਨਾਲ ਰਿਪਲੇਸ ਕਰ ਦੋ ਇਹ ਯਾਦ ਰੱਖਣਾ ਹੈ ਠੀਕ ਹੈ ਅਯੋਟਾ ਨੂੰ ਕਿਹਦੇ ਨਾਲ ਰਿਪਲੇਸ ਕਰ ਦੇਣਾ ਹੈ ਮਾਈਨਸ ਅਯੋਟਾ ਦੇ ਨਾਲ ਅਯੋਟਾ ਨੂੰ ਮਾਈਨਸ ਅਯੋਟਾ ਦੇ ਨਾਲ ਰਿਪਲੇਸ ਕਰ ਦੇਣਾ ਹੈ ਉਹ ਮੇਰੇ ਕੋਲ ਲਗਾ ਸੀ a iota b ਤਾਂ ਉਹਦਾ ਕਨਜੂਗੇਟ ਕੀ ਆਏਗਾ a iota b ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਮੈਂ ਮੰਨ ਲਓ ਮੇਰੇ ਕੋਲ ਇੱਕ ਕੰਪਲੈਕਸ ਨੰਬਰ ਹੈਗਾ 3 4 iota 3 4 iota ਮੈਂ ਇਹਦਾ ਕਨਜੂਗੇਟ ਕਢਣਾ ਹੈ 3 4 iota ਦਾ ਕਨਜੂਗੇਟ ਕੀ ਆਏਗਾ 3 4 iota ਕਿਉਂਕਿ ਇੱਥੇ ਆਲਰੇਡੀ ਮਾਈਨਸ ਹੈਗਾ ਤੇ ਜਦੋਂ ਅਸੀਂ ਕਿਸੇ ਦਾ ਕਨਜੂਗੇਟ ਕਰੀਂਦਾ iota ਮਾਈਨਸ iota ਚ ਚੇਂਜ ਹੋ ਜਾਂਦਾ ਆਲਰੇਡੀ ਮਾਈਨਸ ਹੈ ਤੇ ਪਲੱਸ ਆ ਜਾਏਗਾ ਠੀਕ ਹੈ ਇਸ ਤਰ੍ਹਾਂ ਅਸੀਂ ਕਿਸੇ ਦਾ ਕਨਜੂਗੇਟ نکالਣਾ ਹੈ ਕਨਜੂਗੇਟ ਦੀ ਡੈਫੀਨੇਸ਼ਨ ਹੈ ਇਹਦਾ ਮਤਲਬ ਹੈ ਬੱਚਿਆਂ ਨੂੰ ਯਾਦ ਰੱਖਣਾ ਹੈ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਕਨਜੂਗੇਟ نکالਣਾ ਹੋਵੇ ਆਯੋਟਾ ਨੂੰ ਮਾਈਨਸ ਯੋਟਾ ਦੇ ਨਾਲ ਰਿਪਲੇਸ ਕਰ ਦਿਓ ਜਿੱਥੇ ਵੀ ਯੋਟਾ ਹੈਗਾ ਉਹਨੂੰ ਮਾਈਨਸ ਯੋਟਾ ਨਾਲ ਰਿਪਲੇਸ ਕਰੋਗੇ ਕਨਜੂਗੇਟ ਨਿਕਲੇਗਾ ਕਨਜੂਗੇਟ ਦਾ ਸਾਈਨ ਹੈ ਹੁੰਦਾ ਬਾਰ ਠੀਕ ਹੈ ਕਨਜੂਗੇਟ ਦਾ ਸਾਈਨ ਆਏਗਾ ਸਾਡੇ ਕੋਲ ਬਾਰ ਬਾਰ ਦਾ ਮੀਨਿੰਗ ਹੈਗਾ ਕਿ ਅਸੀਂ ਕਨਜੂਗੇਟ ਕਾਲਦੇ ਪਈ ਹਾਂ ਤੇ ਨੈਕਸਟ ਅਸੀਂ ਇੱਕ ਹੋਰ ਡੈਫੀਨੇਸ਼ਨ ਦੇਖਦੇ ਹਾਂ ਉਹ ਮੇਰੇ ਕੋਲ ਡੈਫੀਨੇਸ਼ਨ ਹੈਗੀ ਹੈ modulus of a complex number modulus of a complex number kise bhi complex number da modulus nikalna theek hai kisa nikal lenda hai definition dekho let z is equal to a plus iota b b any complex number assi man ke chal piyan ki koi complex number hai ga z a plus iota b b any complex number then mod of z assi da mod nikalna mod da sign hunda modulus da sign hega mod ਮੋਡ ਕਿਸਾ ਨਿਕਾਲੀਂਦਾ ਹੈ ਜਿਹੜਾ ਰੀਅਲ ਪਾਰਟ ਤੇ ਜਿਹੜਾ ਇਮੇਜਨਰੀ ਪਾਰਟ ਹੈ ਰੀਅਲ ਪਾਰਟ ਇਮੇਜਨਰੀ ਪਾਰਟ ਦੋਨਾਂ ਦੇ ਸਕੁਅਰਸ ਆ ਅੰਡਰ ਰੂਟ ਠੀਕ ਹੈ ਕਿਸੇ ਵੀ ਕੰਪਲੈਕਸ ਨੰਬਰ ਦਾ ਮੋਡ ਨਿਕਾਲਣਾ ਹੋਵੇ ਤਾਂ ਕੀ ਕਰੀਂਦਾ ਹੈ ਉਹਦਾ ਰੀਅਲ ਪਾਰਟ ਲੈ ਲਓ ਤੇ ਉਹਦਾ ਇਮੇਜਨਰੀ ਪਾਰਟ ਲੈ ਲਓ ਆਯੋਟਾ ਨਹੀਂ ਲੈਂਦਾ ਇਹ ਯਾਦ ਰੱਖਣੇ ਤੇ ਯੋਟਾ ਨਹੀਂ ਆਣਾ ਸਿਰਫ ਰੀਅਲ ਪਾਰਟ ਤੇ ਇਮੇਜਨਰੀ ਪਾਰਟ ਉਹਨਾਂ ਦੇ ਸਕੁਅਰਸ ਆ ਸਕੁਅਰ ਰੂਟ ਅੰਡਰ ਰੂਟ ਇਸ ਕਾਲਡ ਮੋਡੂਲਸ ਆਫ ਜੈਡ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਮੋਡ ਫਾਈਂਡ ਕਰਨਾ ਹੋਵੇ ਰੀਅਲ ਪਾਰਟ ਤੇ ਇਮੇਜਰੀ ਪਾਰਟ ਦੇ ਸਕੁਅਰਸ ਦਾ ਅੰਡਰ ਰੂਟ ਕਰ ਦਿੰਦਾ ਹੋਵੇ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਮੰਨ ਲਓ ਮੈਂ 3 4 ਆਇਓਟਾ ਦਾ ਮੋਡ ਫਾਈਂਡ ਕਰਨਾ ਹੈ 3 4 ਆਇਓਟਾ ਦਾ ਮੋਡ ਕੀ ਆਏਗਾ 3 ਸਕੁਅਰ ਰੀਅਲ ਪਾਰਟ ਮੇਰੇ ਕੋਲ 3 ਹੈ 3 ਸਕੁਅਰ ਪਲੱਸ ਇਮੇਜਰੀ ਪਾਰਟ ਕਿੰਨਾ ਹੋਗਾ ਜਿਹੜਾ ਆਇਓਟਾ ਦਾ ਕੋਫੀਸ਼ੀਐਂਟ ਹੁੰਦਾ ਉਹ ਇਮੇਜਰੀ ਪਾਰਟ ਹੁੰਦਾ ਹੈ ਆਇਓਟਾ ਦਾ ਕੋਫੀਸ਼ੀਐਂਟ ਹੈਗਾ -4 ਇੱਥੇ ਆ ਜਾਏਗਾ ਮੇਰੇ ਕੋਲ -4 ਇਹ ਬਸ ਯਾਦ ਰੱਖਣਾ ਇੱਥੇ ਯੋਟਾ ਨਹੀਂ ਪਾ ਦੇਣਾ ਕਿਸੇ ਨੇ ਅ ਬਾਕੀ 3 ਦਾ ਸਕੁਅਰ ਕਿੰਨਾ ਆਏਗਾ ਮੇਰੇ ਕੋਲ 9 ਤੇ -4 ਦਾ ਸਕੁਅਰ ਕਿੰਨਾ ਆਏਗਾ +16 ਸਕੁਅਰ ਹੈਗਾ ਹੋ ਜਾਏਗਾ ਤੇ 16 9 25 ਹਤੋਂ ਦਾ ਸਕੁਅਰ ਰੂਟ ਕਿੰਨਾ ਆ ਜਾਏਗਾ 5 ਮੋਡ ਫਾਈਂਡ ਕਰਨਾ ਹੋਵੇ ਰੀਅਲ ਤੇ ਇਮੇਜਰੀ ਪਾਰਟ ਦੇ ਸਕਿਅਰ ਅੰਡਰ ਰੂਟ ਬਾਕੀ ਇੱਥੇ ਯੋਟਾ ਨਹੀਂ ਪਾਣਾ ਇਹ ਯਾਦ ਰੱਖਣਾ ਨੈਕਸਟ ਇੱਕ ਡੈਫੀਨੇਸ਼ਨ ਹੋਰ ਦੇਖਦੇ ਆ ਆਰਟੀਕਲ ਰਿਜ਼ਲਟ ਹੈ ਇਨਵਰਸ ਆਫ ਏ ਕੰਪਲੈਕਸ ਨੰਬਰ ਡੈਫੀਨੇਸ਼ਨ ਕਹਿ ਲਓ ਤੁਸੀਂ ਠੀਕ ਹੈ ਸਮਸ ਵੀ ਕਿਹਦੇ ਨਾਲ ਦੇ ਲੈਟ ਇਨਵਰਸ ਆਫ ਏ ਕੰਪਲੈਕਸ ਨੰਬਰ ਕਿਸੇ ਵੀ ਕੰਪਲੈਕਸ ਨੰਬਰਸ ਦਾ ਇਨਵਰਸ ਨਿਕਾਲਣਾ ਠੀਕ ਹੈ ਕਿਸੇ ਵੀ ਕੰਪਲੈਕਸ ਨੰਬਰ ਦਾ ਅਸੀਂ ਇਨਵਰਸ ਨਿਕਾਲਣਾ ਹੈ ਤੇ ਉਹਦਾ ਮੈਥਡ ਕੀ ਹੈ ਮੰਨ ਕੇ ਚੱਲ ਪੈਂਦੇ ਆ ਲੈਟ z ਲੈਟ z a iota b b ਐਨੀ ਕੰਪਲੈਕਸ ਨੰਬਰ ਅਸੀਂ ਆਪਣੇ ਵੱਲੋਂ ਕੋਈ ਕੰਪਲੈਕਸ ਨੰਬਰ ਮੰਨ ਲਿਆ ਤਾਂ z ਉਹਨੋਂ ਨਾਮ ਲੈ ਕੇ ਚੱਲ ਪਏ a iota b b ਯਾਨੀ ਕੰਪਲੈਕਸ ਨੰਬਰ ਇੱਕ ਕੰਪਲੈਕਸ ਨੰਬਰ ਅਸੀਂ ਮੰਨ ਲਿਆ ਤਾਂ ਅਸੀਂ ਇਹਦਾ ਇਨਵਰਸ ਕਢਣ ਲੈ ਜਿਸਾ ਮੰਨ ਲਓ ਤੁਹਾਨੂੰ ਮੈਂ ਸਿੰਪਲ ਦੱਸਾਂ ਤੁਹਾਨੂੰ ਕੋਈ ਕਹਵੇ ਕਿ 3 ਦਾ ਇਨਵਰਸ ਕੀ ਹੋਏਗਾ 3 ਦਾ ਇਨਵਰਸ ਹੋਏਗਾ 1 3 ਰੈਸੀਪਰੋਕਲ ਜਿੰਨੂੰ ਕਹਿ ਦਿੰਦੇ ਆ 3 ਦਾ ਇਨਵਰਸ ਕਿੰਨਾ ਹੋਏਗਾ 1 3 ਇਹ ਹੁੰਦਾ ਮਲਟੀਪਲੀਕੇਟਿਵ ਇਨਵਰਸ ਇਹ ਹੁੰਦਾ ਐਡੀਟਿਵ ਇਨਵਰਸ ਜੇ ਤੁਹਾਨੂੰ ਕੋਈ ਪੁੱਛੇ 3 ਦਾ ਐਡੀਟਿਵ ਇਨਵਰਸ ਕੀ ਹੋਏਗਾ 3 ਦਾ ਐਡੀਟਿਵ ਇਨਵਰਸ ਹੋਏਗਾ -3 ਜੇ ਤੁਹਾਨੂੰ ਕੋਈ ਪੁੱਛੇ 3 ਦਾ ਮਲਟੀਪਲੀਕੇਟਿਵ ਇਨਵਰਸ ਕਿੰਨਾ ਹੋਏਗਾ ਫਿਰ ਤੁਸੀਂ ਕਹਿ ਦੇਣਾ 1/3 ਠੀਕ ਹੈ ਐਡੀਟਿਵ ਇਨਵਰਸ ਦੇ ਵਿੱਚ ਸਾਈਨ ਚੇਂਜ ਕਰ ਦਿੰਦਾ ਹੈ ਤੇ ਮਲਟੀਪਲੀਕੇਟਿਵ ਇਨਵਰਸ ਵਿੱਚ ਰੈਸੀਪਰੋਕਲ ਕਰ ਦਿੰਦਾ ਹੈ ਹੁਣ ਜਿਸਾ ਮੰਨ ਲਓ ਤੁਸੀਂ 7 ਦਾ 7 ਦਾ ਐਡੀਟਿਵ ਇਨਵਰਸ ਨਿਕਾਲਣਾ ਹੈ ਐਡੀਟਿਵ ਇਨਵਰਸ ਉਹ ਹੋਏਗਾ -7 ਜੇ ਤੁਸੀਂ 7 ਦਾ ਮਲਟੀਪਲੀਕੇਟਿਵ ਇਨਵਰਸ ਨਿਕਾਲਣਾ ਹੈ ਤੇ ਹੋਏਗਾ 1/7 ਇਹਦੇ ਵਿੱਚ ਅਸੀਂ ਕਿਸੇ ਕੰਪਲੈਕਸ ਨੰਬਰ ਦਾ ਇਨਵਰਸ ਨਿਕਾਲਣਾ ਹੈ ਮੇਰੇ ਕੋਲ ਕੋਈ ਕੰਪਲੈਕਸ ਨੰਬਰ ਹੈਗਾ Z ਠੀਕ ਹੈ ਮੈਂ ਆਪਣੇ ਵਾਲਾ ਮੰਨ ਲੇਤਾ ਹਾਂ ਮਦਲ ਇੱਕ ਕੰਪਲੈਕਸ ਨੰਬਰ a i b b ਐਨੀ ਕੰਪਲੈਕਸ ਨੰਬਰ ਮੈਰਾ ਇਨਵਰਸ ਨਿਕਾਲਣਾ ਹੈ ਥੈਨ ਇਨਵਰਸ ਆਫ z ਇਜ਼ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਇਨਵਰਸ ਨਿਕਾਲਣਾ ਹੋਵੇ ਨੂੰ ਰੈਸੀਪਰੋਕਲ ਕਰ ਦਿਓ ਇਹਦਾ ਮੀਨਿੰਗ ਹੈ ਇੱਕ ਸਾਹਮਣਾ ਫਾਰਮੂਲਾ ਹੋਵੇ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਇਨਵਰਸ ਨਿਕਾਲਣਾ ਹੋਵੇ ਇਨਵਰਸ ਆਫ z ਇਜ਼ ਕੀ ਆਏਗਾ 1 z ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਇਨਵਰਸ ਨਿਕਾਲਣਾ ਹੋਵੇ ਨੂੰ ਰੈਸੀਪਰੋਕਲ ਕਰ ਦੇ ਇੰਦਰ 1 z 1/ ਜਿਹੜਾ ਵੀ ਸਾਨੂੰ ਕੰਪਲੈਕਸ ਨੰਬਰ ਦਿੱਤਾ ਹੋਏਗਾ ਬਾਕੀ ਇਹ ਯਾਦ ਰੱਖਣਾ ਹੈ ਕੰਪਲੈਕਸ ਨੰਬਰ ਵਿੱਚ ਪਹਿਲਾਂ ਵੀ ਦੱਸਿਆ ਹੈ ਡਿਨੋਮੀਨੇਟਰ 'ਚ ਕਦੀ ਆਯੋਟਾ ਡਿਨੋਮੀਨੇਟਰ 'ਚ ਨਹੀਂ ਆਂਦੇ ਨਾ ਜਦੋਂ ਵੀ ਆਂਦਾ ਹੋਵੇ ਉਹਨੂੰ ਰੈਸ਼ੀਨਲਾਈਜ਼ ਕਰ ਲਓ ਠੀਕ ਹੈ ਜਿਸ ਹੁਣੇਜ਼ ਮੇਰੇ ਕੋਲ ਆਰਟੀਕਲ ਹੈ 1/(a+i*b) ਆਂਦਾ ਪਿਆ ਪਲੱਸ ਹੈ ਕਿਦਾਂ ਰੈਸ਼ੀਨਲਾਈਜ਼ ਕਰਾਂਗੇ ਅਸੀਂ ਮਾਈਨਸ ਦੇ ਨਾਲ ਉੱਪਰ نیچے ਮਾਈਨਸ ਨਾਲ ਮਲਟੀਪਲਾਈ ਕਰ ਲਓ वन दे मल्टीप्लाई करा ए माइनस योटा बी तो ए माइनस योटा भी आएगा नीचे फॉर्मुला लगेगा ए प्लस बी ए माइनस बी ठीक है उपर आएगा मेरे को माइनस योटा बी ठीक है उपर मेरे को आएगा ए माइनस योटा तो नीचे कि आ जाएगा मेरे को स्केयर माइनस बी स्केर नीचे आएगा ए स्केयर माइनस योटा बी का होल स्केयर अयोटा के उपर स्केयर अलग आएगा बी के उपर स्केयर अलग आएगा ਅਯੋਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ ਮਾਈਨਸ 1 ਆਲਰੇਡੀ ਮਾਈਨਸ ਹੈ ਪਲੱਸ ਹੋ ਜਾਏਗਾ A ਦੇ نیچے A ਸਕੁਅਰ B ਸਕੁਅਰ ਅਲੱਗ ਲਿਖ ਦਿਓ ਮਾਈਨਸ ਅਯੋਟਾ B ਦੇ نیچے A ਸਕੁਅਰ B ਸਕੁਅਰ ਅਲੱਗ ਲਿਖ ਦਿਓ ਆਨਸਰ ਵਿੱਚ ਐਸੇ ਮਾਈਨਸ ਨਹੀਂ ਆਉਂਦਣਾ ਮਾਈਨਸ ਨੂੰ B ਦੇ ਨਾਲ ਐਡਜਸਟ ਕਰ ਲਓ ਯੋਟਾ ਨੂੰ ਅੱਗੇ ਲਿਖ ਲਓ ਵਿੱਚ ਪਲੱਸ ਪਾ ਲਓ ਠੀਕ ਹੈ ਵਿੱਚ ਪਲੱਸ ਪਾ ਲਓ ਮਾਈਨਸ ਨੂੰ B ਦੇ ਨਾਲ ਐਡਜਸਟ ਕਰ ਦੇਣਾ ਹੈਗਾ ਮਾਈਨਸ B ਮਤਲਬ ਮੇਨ ਇਹ ਚੀਜ਼ ਸਮਝਾਣਾ ਸੀ ਕਿ ਜਿਹਦੇ ਜਦੋਂ ਵੀ ਕਿਸੇ ਕੰਪਲੈਕਸ ਨੰਬਰ ਦਾ ਇਨਵਰਸ ਨਿਕਾਲਣਾ ਹੋਵੇ ਤੇ ਕਿਸਾ ਨਿਕਾਲ ਲੈਂਦਾ 1 ਓਵਰ ਉਹਨੂੰ ਰੈਸੀਪ੍ਰੋਕਲ ਕਰਕੇ ਲਿਖ ਲੈਣਾ ਹੈ ਤੇ ਬਾਅਦ ਚ ਉਹਨੂੰ ਰੈਸ਼ਨਲਾਈਜ਼ ਕਰ ਲਓ ਠੀਕ ਹੈ ਬਾਕੀ ਦੇ ਨਾਲ ਦੇ ਨਾਲ ਮੈਂ ਸਮਝ ਕਰਾਂਦਾ ਵਾਂ ਮੈਂ 2 3 ਯੂਟਾ ਮੈਂ ਦਾ ਇਨਵਰਸ ਨਿਕਾਲਣਾ ਹੈ ਫਾਈਂਡ ਦਾ ਇਨਵਰਸ ਆਫ 2 3 ਯੂਟਾ ਜਿਹੜਾ ਹੁਣ ਇੱਕ ਆ ਤੁਹਾਨੂੰ ਆਰਟੀਕਲ ਜਾਂ ਡੈਫੀਨੇਸ਼ਨ ਦੱਸੀ ਹੈ ਠੀਕ ਹੈ ਉਹਦੇ ਨਾਲ ਦੇਖ ਕੇ ਸਮ ਕਰਦੇ ਆ ਇਹਦਾ ਸੋਲੂਸ਼ਨ ਕੀ ਆਏਗਾ ਸੋਲੂਸ਼ਨ ਪਹਿਲਾਂ ਤਾਂ जरा भी कॉम्पलैक्स नंबर है, हो जेड मन के चल पो लैट जैड इज ईक्वल टू टू माइनस थ्री युटा लैट जैड इज इक्वल टू टू माइनस थ्री युटा यह मैं इन जैड नाम दे लिता हूँ एद मैं मल्टीप्लीकेटिव यूनिवर्स नहीं करना है मल्टप्लीकेटिव कह लो या यूनवर्स ज्यादातर मल्टीप्लीकेटिव इनवर्स ही लिखा होएगा इनवर्स नहीं लिखा होएगा एह चे अं मल्टप्लीकेटिव यूनिवर्स नहीं है मैं लिखण भी लगियां इतने शोर्ट फॉर्म मैं वैसे फाइंड द मल्टीप्लिकेटिव यूनिवर्स ऑफ टू माइनस थ्री यूटा क्योंकि मैं पहला भी समझाया एक एडिटिव यूनिवर्स एक होंगे मल्टीप्लिकेटिव यूनिवर्स मैं फिलहाल मल्टीप्लिकेटिव यूनिवर्स निकालने गया मल्टीप्लीकेटिव मल्टीप्लीकेटिव इनवर्स ऑफ जेड मल्टीप्लीकेटिव इनवर्स ऑफ जैड इज वन ओवर जैड यही फॉर्मूला गया ਜਦੋਂ ਵੀ ਸੇ ਕਿਸੇ ਕੰਪਲੈਕਸ ਨੰਬਰ ਦਾ ਮਲਟੀਪਲੀਕੇਟਿਵ ਇਨਵਰਸ ਕੱਢਣਾ ਹੋਵੇ ਨੂੰ 1 ਓਵਰ ਕਰਕੇ ਲਿਖ ਲਓ ਤੇ ਕੀ ਆਏਗਾ ਮੇਰੇ ਕੋਲ 1 ਓਵਰ ਜੈਡ ਦੀ ਵੈਲਿਊ ਕਿੰਨੀ ਹੈਗੀ ਹੈ 2 3 ਆਯੋਟਾ ਤੇ ਤੁਹਾਨੂੰ ਹੁਣੇ ਦੱਸਿਆ ਡਿਨੋਮੀਨੇਟਰ ਚ ਕਦੀ ਆਯੋਟਾ ਨਹੀਂ ਆਉਂਦਾ ਨਾ ਮਾਈਨਸ ਹੈਗਾ ਇਹਨੂੰ ਰੈਸ਼ੀਨਲਾਈਜ਼ ਕਰ ਲਓ ਕਿਹਦੇ ਨਾਲ ਅਸੀਂ ਰੈਸ਼ੀਨਲਾਈਜ਼ ਕਰਾਂਗੇ ਪਲੱਸ ਦੇ ਨਾਲ ਉੱਪਰ ਆ ਜਾਏਗਾ 2 c ਆਯੋਟਾ ਨੀਚੇ ਵੀ ਕਿੰਨਾ ਆਏਗਾ 2 3 ਆਯੋਟਾ ਹੁਣ ਉੱਪਰ 1 ਦੇ ਨਾਲ ਮਲਟੀਪਲਾਈ ਕਰਾਂਗਾ ਦੋਨਾਂ ਨੂੰ उपर आ जाएगा टू प्लस नाल कि आएगा थ्री योटा डिनोमीनेटर ए माइनस बी ए प्लस बी फार्मुला लग जाएगा फार्मुला होंगे ए स्केयर माइनस बी स्केयर ए स्केयर माइनस बी स्केयर हूं उपर कि आएगा मेरे को न्यूमनेटर चेगा टू प्लस थ्री अयोटा डिनोमीनेटर कि आएगा टू का स्केयर आ जाएगा फोर माइनस थ्री एयोटा का स्केयर कि आ जाएगा मेरे को नाइन आयोटा स्केयर नाइन आयोटा स्केयर हम उपर कि आएगा टू प्लस थ्री आयोटा नीचे किएगा फोर प्लस नाइन ए प्लस किस तरह आ गया क्योंकि आयोटा स्केयर की वैल्यू होंगी माइनस वन आयोटा स्केयर की वैल्यू हों माइनस वन माइनस न माइनस न प्लस मल्टीप्लाई करोगे प्लस हो जाएगा तो मेरे को आ जाएगा टू ओवर फोर प्लस नाइन किएगा थर्टीन प्लस थ्री ओवर नीचे किएगा 13 ਤੇ ਨਾਲ ਕਿੰਨਾ ਆਏਗਾ iota بس ਇਹ خیال رکھنا ہے ਜਦੋਂ ਵੀ ਅਸੀਂ ਕਿਸੇ ਕੰਪਲੈਕਸ ਨੰਬਰ ਦਾ ਮਲਟੀਪਲੀਕੇਟਿਵ ਇਨਵਰਸ ਨਿਕਾਲਣਾ ਹੈ ਤੇ ਕਿਸ ਤਰ੍ਹਾਂ ਨਿਕਾਲਣਾ ਉਹਨੂੰ ਰੈਸੀਪਰੋਕਲ ਕਰ ਦੇਣਾ ਤੇ ਬਾਅਦ ਚ ਜੇ ਮਾਈਨਸ ਹੈਗਾ ਤੇ ਪਲੱਸ ਨਾਲ ਰੈਸ਼ੀਨਲਾਈਜ਼ ਕਰ ਲੋ ਪਲੱਸ ਹੈਗਾ ਤੇ ਮਾਈਨਸ ਨਾਲ ਕਿਉਂਕਿ ਡਿਨੋਮੀਨੇਟਰ ਚ ਅਸੀਂ iota ਨਹੀਂ ਆਉਂਦੇ ਨਾ ਠੀਕ ਹੈ ਤੇ ਲਾਸਟ ਇਹ ਸੈਪਰੇਟ ਕਰਕੇ ਆਨਸਰ ਲਿਖ ਲੋ 2 ਦੇ نیچے 13 ਅਲੱਗ ਕਰ ਦੋ 3 ਦੇ نیچے 13 ਅਲੱਗ ਕਰ ਦੋ ਬਾਕੀ ਇਹਦੇ ਨਾਲ ਦੇ ਅੱਜ ਮੈਂ ਸਭ ਦੇਣ ਗਿਆ ਮਲਟੀਪਲੀਕੇਟਿਵ ਇਨਵਰਸ ਦੇ ਨਾਲ ਦੇ ਬਾਕੀ ਜਿਹੜੇ ਤੁਹਾਨੂੰ ਆਰਟੀਕਲ ਕਰਾਏ ਉਹ ਫੇਰ ਕਾਪੀਆਂ ਉੱਪਰ ਸਾਰੇ ਬੱਚਿਆਂ ਨੇ ਨੋਟ ਕਰ ਲੈਣੇ ਹੈਗੇ ਆ ਜਿਹੜੀਆਂ ਡਿਫੀਨੇਸ਼ਨਸ ਹੈਗੀਆਂ ਅੱਜ ਸਭ ਮੈਂ ਕੱਟ ਦੇਣ ਗਿਆ ਸਿਰਫ ਮਲਟੀਪਲੀਕੇਟਿਵ ਇਨਵਰਸ ਦੇ ਨਾਲ ਦੇ ਸਵਾਲ ਮਗੇ ਤੇ ਬਾਕੀ ਜਿਹੜੇ ਆਰਟੀਕਲਸ ਜਾਂ ਤੁਹਾਨੂੰ ਉਹ ਕਰਾਏ ਡਿਫੀਨੇਸ਼ਨਸ ਕਰਾਈਆਂ ਉਹ ਫੇਰ ਕਾਪੀਆਂ ਦੇ ਉੱਪਰ ਬੱਚਿਆਂ ਨੇ ਨੋਟ ਕਰ ਲੈਣੇ